ਕੁੱਤੀ ਦਾ ਪਿਓ ਸੀ ਉਹਦਾ 45 ਲੱਖ ਰੁਪਇਆ ਲੱਗਾ ਸੀ। ਅੱਛਾ ਠੀਕ ਹੈ, ਤਾਂ ਉਹਨੇ ਸ਼ੌਕ ਦੀ ਖਾਤਰ ਨਹੀਂ ਸੀ ਸੇਲ ਕੀਤਾ। ਠੀਕ ਠੀਕ, ਕੁੱਤਾ ਬੇਚਾਰਾ ਫੌਤ ਵੀ ਹੋ ਗਿਆ ਸੀ ਜਲਦੀ। ਇਹ ਜੀ ਅਭੀ ਇਨਕੋ ਦੋ ਤਿੰਨ ਦਫਾ ਦਿਨ ਮੇ ਇਨਕੋ ਨਿਲਾਤੇ ਹੈ ਤੋ ਇਹ ਬੜਾ ਜ਼ਰੂਰੀ ਹੈ ਕਿਉਂਕਿ ਇਨਕੀ ਹੁਣ ਤਿੰਨ ਵੱਡੇ ਕੁੱਤੇ ਨੇ, ਤਿੰਨ ਗੁੱਲਰ ਨੇ ਆਪਣੇ ਕੋਲੇ। ਠੀਕ ਹੈ, ਸ਼ੇਰੂ ਦਾ ਠੀਕ ਹੈ, ਇੱਕ ਜੋਗੀ ਨਾਈਆਂ ਵਾਲੇ ਦਾ। ਉਹ ਪਿੱਛਾ ਪਿੱਛਾ ਹਟ, ਰਾਜੀ ਠੀਕ ਜੇ ਸ਼ੇਰੂ ਵੇਖੋ, ਤੂੰ ਵੀ ਬੜਾ ਖਰਾਬ ਹੋ ਗਈ ਆ ਯੇ ਜੀ। ਅਭੀ ਯਹਾਂ ਪੇ ਆਏ ਹੈਂ ਭਾਈ ਇਰਫਾਨ ਕੇ ਦੋਸਤ ਹੈਂ ਤੋ ਉਨਕੀ ਤਰਫ ਮੈਨੇ ਕਿਹਾ ਚਲੇ ਉਨਕਾ ਸ਼ੌਕ ਵੀ ਆਪਕੋ ਦਿਖਾਤੇ ਹੈਂ। ਕੀੜਿਆਂ ਕੁੱਤਿਆਂ ਨੂੰ ਅਸਲ ਖਰਾਬ ਕੀਤਾ ਪੇਟ ਵਾਲੇ ਚੱਟਦਾ ਪਿਆ ਸਾਡੇ ਨਖਰੇ ਨਾਲ ਖਾਣੇ ਨੇ, ਸਾਡੇ ਨੀ ਨਸ਼ੇ। 2 ਕਿਲੋ ਪਾਣੀ ਦਾ 1.5 ਕਿਲੋ ਪਾਣੀ ਉਹ ਮੈਂ ਬੋਤਲ ਭਰੀ ਤੀਜੇ ਚੌਥੇ ਦਿਨ ਦੁੱਧ ਵਿੱਚ ਵੀ 2 ਟੱਕਰ ਦਿਓ ਤੇ ਜ਼ਹਿਰ ਬਾਅਦ ਖਤਮ ਹੋ ਜਾਂਦੀ। ਵੱਡਾ ਭੈਣ
ਆ ਗੁੱਲਰ ਖੋਲ ਕੇ ਲਿਆਉ ਤਾਂ ਇਹ ਜਿਹੜਾ ਹੁਣ ਵਿਖਾਇਆ ਨੀ ਪਹਿਲਾਂ ਇਹ ਨਹੀਂ ਹੈ ਪੱਟਾ ਇੱਕ ਮੈਚ ਪਰਲੀ ਵੇਲੀ ਚ ਬੜਾ ਘਾਹ ਹੋਇਆ ਆ ਸਪਰੇ ਕਰਾ ਫੜਿਆ ਚੰਗਾ ਸੀ ਬੜਾ ਉੱਤੀ ਵੱਢ ਖਾਧਾ ਉਹ ਫਿਰ ਘਬਰਾ ਗਿਆ ਸਮਝਦਾ ਵੀ ਆ ਹੋ ਗਿਆ ਹੀ ਨਵਾਂਦਾ ਧਵਾਂਦਾ ਦੋ ਤਿੰਨ ਟਾਈਮ ਸੁਣਾਓ ਆਪਣੇ ਜਾਨਵਰਾਂ ਚੁੱਪ ਕਰਕੇ ਡਾਕਟਰ ਨੂੰ ਵਿਖਾ ਲਓ ਐਵੇਂ ਫਿਰ ਖੱਜਲ ਖਰਾਬੀ ਨਾ ਕਰੋ ਯਾਰ ਅਸਲ ਚ ਅੱਜ ਕੱਲ੍ਹ ਜਾਨਵਰਾਂ ਨੂੰ ਕੋਈ ਹੋਰ ਮਸਲਾ ਨਾ ਬਾਚੂ ਨੂੰ ਘਾਰ ਹੈ ਗਰੀਬਾਂ ਲਾਉਂਦੇ ਨੇ یہ جی سلمان بٹ صاحب کا شوق آپ کو دکھایا تو اس حوالے سے ان سے آپ کی ملاقات کرواتے ہیں السلام علیکم بھائی جان کیا حال ہے جی ٹھیک ہو اپنے شوق کے حوالے نال کوئی چند ایک گلاں سارے نال شیئر کرے ਇਹ ਕਿੰਨੇ ਅਰਸੇ ਤੋਂ ਤੁਸੀਂ ਆਪਣਾ ਇਹ ਸ਼ੌਕ ਜਾਰੀ ਕੀਤੇ ਵਾ 4 ਸਾਲ ਥੋੜਾ ਲਾਊਡ ਬੋਲੇ 4 ਸਾਲ ਅੱਛਾ 4 ਸਾਲ ਹੋ ਗਏ ਕਿ ਸਭ ਤੋਂ ਪਹਿਲਾ ਸ਼ੌਕ ਤੁਹਾਡਾ ਕਿਹੜੇ ਕੁੱਤੇ ਤੋਂ ਸਟਾਰਟ ਹੋਇਆ ਸਭ ਤੋਂ ਪਹਿਲੇ ਸ਼ੇਰੂ ਤੋਂ ਹੋਇਆ ਸਰ ਅੱਛਾ ਇਹ ਸ਼ੇਰੂ ਕਿੰਨੇ ਅਰਸੇ ਦਾ ਸ਼ੇਰੂ ਹੋ ਗਿਆ 4.5 ਸਾਲ 4.5 ਸਾਲ ਦਾ ਤੇ ਕਿੰਨੀ ਦਫਾ ਇਸ ਨੂੰ ਤੁਸੀਂ ਲੜਾਇਆ ਤਿੰਨ ਮੈਚ ਮੈਂ ਠੀਕ ਹੋ ਗਿਆ 2 ਵਿਨਰ 1 ਬਰਾਬਰ ਅੱਛਾ ਤੇ ਕਿਹੜੇ ਕਿਹੜੇ ਮਤਲਬ ਕੁੱਤਿਆਂ ਨਾਲ ਇਹਨਾਂ ਦਾ ਮੈਚ ਆ ਇਸ ਦਾ ਜੋੜ ਇਸ ਕਿਹੜੇ ਆ ਤਾਂ ਲੜਿਆ ਭਾਈ ਅੱਲਾ ਦੀ ਤਾਂ ਲੱਕੀ ਦੀ ਤਰਫੋਂ ਅੱਛਾ ਉਹਨਾਂ ਵਾਲੇ ਕੁੱਤੇ ਨਾਲ ਲੜਿਆ ਠੀਕ ਹੈ ਇੱਕ ਕੁੱਤਾ ਲੜਿਆ ਅਖਤਰ ਰਾਂਧੂਰਾ ਦੇ ਖਿਲਾਫ ਅੱਛਾ ਰਾਂਧੂਰਾ ਦੇ ਖਿਲਾਫ ਲੜਿਆ ਜੀ ਠੀਕ ਹੈ ਤੇ ਸ਼ੇਰੂ ਦਾ ਹੁਣ ਕੋਈ ਅੱਗੇ ਨੈਕਸਟ ਕੋਈ ਸੀਜ਼ਨ ਵਿੱਚ ਮੈਚ ਤੁਹਾਡਾ ਫਿਕਸ ਹੋਇਆ ਜੀ ਖਿਲਾਫ ਲੜੇਗਾ
ਅੱਛਾ ਠੀਕ ਹੋ ਗਿਆ। 15 ਦਸੰਬਰ 15 ਦਸੰਬਰ ਤੇ ਜੋੜ ਕੇ ਦਿਨਾਂ ਦਾ ਕਿਹੜੇ ਕੁੱਤੇ ਨਾਲ? ਓਪਨ ਲੜਾਂਗੇ। ਅੱਛਾ ਓਪਨ, ਨਹੀਂ ਤੁਹਾਡਾ ਕੁੱਤਾ ਅੱਛਾ। ਤੇ ਦੂਸਰਾ ਹੁਣ ਤੁਹਾਡੇ ਕੋਲ ਮੌਜੂਦਾ ਜਿਹੜੇ ਆਪਣੀ ਕੋਈ ਘਰ ਦੀ ਬਰੀਡ ਵੀ ਇਹਨਾਂ ਤੋਂ ਤੁਸੀਂ ਲਈ ਹੈ? ਜੀ ਜੀ, ਜੋ ਕਿ ਨਾਈਆਂ ਵਾਲੇ ਦਾ ਵੀ ਬੱਚਾ ਸਾਡੇ ਕੋਲ, ਜਿਹੜਾ ਪਿਛਲੇ ਸੀਜ਼ਨ ਬੁਲਟ ਤੋਂ ਵਿਨ ਡਕਾਲੀਆਂ ਵਾਲੇ ਕੁੱਤੇ। ਠੀਕ ਹੋ ਗਿਆ। ਤੂੰ ਸਾਡਾ ਇੱਕ ਮਾਦਰ ਦੇ ਨਾਲ ਗੱਲ ਕੱਟਣੀ ਆ ਗਈ ਹੈ, ਤੁਹਾਡਾ ਗਰੁੱਪ ਕਿਹੜਾ? ਉਸ ਗਰੁੱਪ ਦਾ ਜ਼ਰਾ ਨਾਂ ਦੱਸੇ। ਨੈਸ਼ਨਲ ਦੰਦ ਪਰਿਵਾਰ ਗਰੁੱਪ। ਠੀਕ ਹੋ ਗਿਆ। ਤੇ ਹੁਣ ਟੋਟਲ ਆਪਣੇ ਕੋਲ ਜਾਨਵਰ ਕਿਤਨੇ ਨੇ? ਹੁਣ 3 ਵੱਡੇ ਕੁੱਤੇ ਨੇ, 3 ਗੁੱਲਰ ਨੇ ਆਪਣੇ ਕੋਲ, ਠੀਕ ਹੈ, ਸ਼ੇਰੂ ਦਾ, ਠੀਕ ਹੈ, ਇੱਕ ਜੋਗੀ ਨਾਈਆਂ ਵਾਲੇ ਦਾ, ਠੀਕ ਹੈ। ਤੇ ਬਰੀਡਰ ਆਪਣੇ ਕੋਲ ਕੋਈ ਕੁੱਤੀ ਅੱਛੀ? ਬਰੀਡਰ ਲਾਰੇ ਦੀ ਧੀ ਹੈ ਸਾਡੇ ਕੋਲ। ਅੱਛਾ, ਤੇ ਇਹ ਜਿਹੜੀ ਰੱਤੀ ਦੱਸੇ ਪਿਓ, ਇਹ ਅੱਗੇ ਕੋਈ ਇਸ ਬਰੀਡ ਕੀਤਾ ਇਸ ਤੋਂ ਪਹਿਲਾਂ? ਨਹੀਂ, ਪਹਿਲੀ ਪੱਠੀ ਹੈ। ਅੱਛਾ ਸ਼ਾਹ ਜੀ, ਇਸ ਦਾ ਜਿਹੜਾ ਕੁੱਤੀ ਦਾ ਪਿਓ ਸੀ ਉਹਦਾ 45 ਲੱਖ ਰੁਪਇਆ ਲੱਗਿਆ ਸੀ। ਅੱਛਾ, ਠੀਕ ਹੈ। ਤਾਂ ਉਹਨੇ ਸ਼ੌਕ ਦੀ ਖਾਤਰ ਨਹੀਂ ਸੀ ਸੇਲ ਕੀਤਾ। ਠੀਕ ਠੀਕ। ਉਹ ਕੁੱਤਾ ਵਿਚਾਰਾ ਫੌਤ ਵੀ ਹੋ ਗਿਆ ਸੀ ਜਲਦੀ, ਪਰ ਉਸ ਬੰਦੇ ਸੇਲ ਨਹੀਂ ਸੀ ਕੀਤਾ, 45 ਲੱਖ ਰੁਪਇਆ ਉਸ ਦਾ ਲੱਗਾ ਸੀ। ਠੀਕ। ਉਹਦੀ ਬੱਚੀ, ਉਸ ਦਾ ਨਾਂ ਕੀ ਦੱਸਦੇ ਪਿਓ? ਉਹਦਾ ਨਾਂ ਸੀ ਜੀ ਕਿੰਗ ਲਾਰਾ। ਕਿੰਗ ਲਾਰਾ ਦਿੱਤੇ ਖੋਖਰ ਵਾਲਾ। ਠੀਕ ਹੋ ਗਿਆ। ਮਤਲਬ ਇੱਕ ਬਲੱਡ ਲਾਈਨ ਤੁਸੀਂ ਸਾਂਭੀ ਵੀ ਹੈ ਨਾ ਜੀ? ਜੀ ਜੀ। ਠੀਕ ਠੀਕ। ਇਹ ਸ਼ੌਕ ਦੇ ਹਵਾਲੇ ਨਾਲ ਕਿ ਸਾਡੇ ਨਾਲ ਕੋਈ ਗੱਲ ਸ਼ੇਅਰ ਤੁਸੀਂ ਕਰੋ, ਕੋਈ ਦਿਲਚਸਪ, ਕੋਈ ਤੁਹਾਡਾ ਵਾਕਿਆ ਇਸ ਕਿਸਮ ਦਾ ਹੋਵੇ, ਜਾਂ ਜਿਹੜੇ ਨਵੇਂ ਸ਼ੌਕੀਨ ਉਹਨਾਂ ਦੇ ਵਾਸਤੇ ਕੋਈ ਕੋਈ ਅੱਛੀ ਜਿਹਾ ਇੱਕ ਪੈਗਾਮ ਦੇਣਾ ਚਾਹੋ ਤੁਸੀਂ? ਉਹਨਾਂ ਦੇ ਅੱਛਾ ਹੀ ਪੈਗਾਮ ਹੈ ਕਿ ਆਪਣੀ ਕਾਰ ਦੀ ਬਰੀਡ ਬਣਾਉਣ। ਠੀਕ ਹੈ। ਸਭ ਤੋਂ ਬੈਸਟ ਆਪਸ਼ਨ ਹੈ ਜੀ। ਠੀਕ ਹੈ। ਅੱਛੀ ਜੀ ਕੁੱਤੀ ਖਰੀਦਣ ਜਾਂ ਕਿਸੇ ਦੋਸਤ ਕੋਲ ਲਵਣ, ਫਿਰ ਉਹਦੀ ਬਰੀਡ ਕਰਾਉਣ। ਠੀਕ ਹੋ। ਤੁਹਾਨੂੰ ਕਿਤੂ ਦਾ ਬੱਚਾ ਵੀ ਹੈ ਸਾਡੇ ਕੋਲ। ਅੱਛਾ, ਤੁਹਾਨੂੰ ਜਿਹੜਾ ਟੋਟਲ ਟਾਈਮ ਹੋਇਆ ਇਸ ਸ਼ੌਕ ਜੋ ਕਿਤਨਾ ਅਰਸਾ ਹੋ ਗਿਆ? ਟੋਟਲ 4 ਸਾਢੇ 4 ਸਾਲ ਹੀ ਹੋਏ। 4 ਸਾਢੇ 4 ਸਾਲ। ਚਲੋ, ਉਹਦੇ 'ਚ ਅੱਛੇ ਦੋਸਤ ਭਾਈ ਮਿਲੇ ਨੇ, ਸ਼ੁਕਰ, ਬਰੀਡ ਆਪਣੀ ਵੀ ਬਣਾਉਂਦੇ ਹਾਂ ਅਸੀਂ। ਠੀਕ ਹੋ ਗਿਆ, ਠੀਕ ਹੋ ਗਿਆ। ਮਾਸ਼ਾਅੱਲਾ ਜੀ, ਇਹਨਾਂ ਦਾ ਸ਼ੌਕ ਵੇਖਿਆ ਅਤੇ ਬੜਾ ਅੱਛਾ ਸ਼ੌਕ ਕਰ ਰਹੇ, ਜਾਨਵਰ ਬੜੇ ਬਿਹਤਰੀਨ ਔਰ ਸਿਹਤ ਦੇ ਹਵਾਲੇ ਨਾਲ, ਉਹਨਾਂ ਦੀ ਖੁਰਾਕ ਦਾ ਬੜਾ ਬਿਹਤਰੀਨ ਇਹਨਾਂ ਦਾ ਸਿਸਟਮ, ਔਰ ਰਖਵਾਲੀ ਦੇ ਆਕੇ 'ਚ ਬੜਾ ਅੱਛਾ, ਇਹਨਾਂ ਇਹਨਾਂ ਦੀ ਕੇਅਰ ਦੇ ਹਵਾਲੇ ਨਾਲ ਵੀ ਬੜਾ ਅੱਛਾ ਇਹਨਾਂ ਪਲੇਟਫਾਰਮ ਇਹਨਾਂ ਨੇ ਦਿੱਤੇ ਵਾ। ਕੁਝ ਗਰਮੀ ਦਾ ਮੌਸਮ ਵੀ ਹੈ ਜਿਹਦੇ ਵਜ੍ਹਾ ਤੋਂ ਜ਼ਰਾ ਇਹ ਜਾਨਵਰ ਡਿਸਟਰਬ, ਅਤੇ ਆਪਣੇ ਸ਼ੌਕ ਵਿੱਚ ਜਨਾਬ ਇਹਨਾਂ ਬੜੀ ਜਿਹੜਾ ਉਹ ਐਫਰਟ ਕੀਤੀ ਵੀ ਹੈ, ਅਤੇ ਸਾਡੀ ਦੁਆ ਹੈ ਜੀ ਇਹ ਮਜ਼ੀਦ ਇਸ ਵਿੱਚ ਕਾਮਯਾਬ ਹੋਣ, ਅਤੇ ਸਾਡਾ ਤਾਰੁਫ ਇਹਨਾਂ ਦੇ ਨਾਲ ਚੌਧਰੀ ਇਰਫਾਨ ਰਜ਼ਾ ਪੜਾਲ ਉਹਨਾਂ ਦੀ ਵਸਾਤਤ ਹੋਇਆ, ਮੈਂ ਕਿ ਚਲੋ ਤੁਸੀਂ ਸ਼ੌਕੀਨਾ ਬਾਈਆਂ ਨਾਲ ਵੀ ਜ਼ਰਾ ਇਹ ਵਲੌਗ ਸ਼ੇਅਰ ਕਰੀਏ। ਇਹ ਜੀ ਅਭੀ ਇਨਕੋ ਦੋ ਤਿੰਨ ਦਫ਼ਾ ਦਿਨ ਮੈਂ ਇਨਕੋ ਨਿਲਾਤੇ ਹੈ, ਤੋ ਇਹ ਬੜਾ ਜ਼ਰੂਰੀ ਹੈ ਕਿਉਂਕਿ ਇਨਕੀ ਜੋ ਫੀਡ ਪਲਾਨ ਹੈ ਉਸ ਹਿਸਾਬ ਸੇ ਤੋ ਅਗਰ ਗਰਮੀ ਮੇ ਇਨਕੀ ਕੇਅਰ ਅੱਛੀ ਨਾ ਕੀ ਜਾਏ ਇਹ ਤੋ ਬੇਚਾਰੇ ਤਬਾਹ ਬਰਬਾਦ ਹੋ ਜਾਏ। ਤੋ ਇਹ ਇੱਕ ਸ਼ੌਕ ਹੈ ਜੀ, ਇਹ ਹਰ ਬੰਦੇ ਕਾ ਆਪਣਾ ਸ਼ੌਕ ਹੈ, ਆਪਣਾ ਸਿਸਟਮ ਹੈ, ਉਸ ਹਿਸਾਬ ਸੇ ਇਹਨੇ ਇਨਕੀ ਬੜੀ ਅੱਛੀ ਕੇਅਰ ਕੀ ਵੀ ਹੈ, ਔਰ ਜਾਨਵਰ ਵੀ ਆਪਣਾ ਆਪ ਬਤਾ ਰਹੇ ਹੈ। ਅਬ ਇਹ ਬਿਲਕੁਲ ਤਿਆਰ ਹੋ ਗਿਆ ਥਾ, ਜਬ ਪਾਣੀ ਇਸਨੇ ਦੇਖਿਆ ਤੋ ਬੜਾ ਖੁਸ਼ੀ ਸੇ ਇਹ ਉਠਾ, ਸਾਰੇ ਰੇਡੀ ਨੇ ਆਪਣੇ ਆਪਣੇ ਨੰਬਰ 'ਤੇ, ਬਸ ਆਂ ਜਨਾਬ ਫਟੋਫਟ ਨਵਾਓ, ਤੇਰੀ ਵਾਰੀ ਆ ਜਾਂਦੀ ਹੈ ਬਾਈ। ਇਹ ਇਨਕਾ ਅੰਦਰ ਕਾ ਕਮਰਾ, ਦਿਨ ਕਾ ਤੀਨ ਇਨਕੇ ਕੇਜ ਬਨੇ ਹੋਏ, ਉੱਪਰ ਪੰਖਾ ਲਗਾ ਹੋਇਆ, ਔਰ ਫਸਟ ਏਡ ਕੇ ਲੀਏ ਵੀ ਯਹਾਂ ਇਹਨੇ ਆਪਣੀ ਮੈਡੀਸਨ ਸਾਰੀ ਰੱਖੀ ਨਹੀਂ, ਕੂਲਰ ਲਗਾ ਹੋਇਆ, ਦਿਨ ਕੇ ਟਾਈਮ ਇਨਕੋ ਜ਼ਰਾ ਇਨਕਾ ਐਟਮੋਸਫੇਅਰ ਜ਼ਰਾ ਬਿਹਤਰ ਹੋ ਜਾਤਾ, ਟੈਂਪਰੇਚਰ ਰੂਮ ਕਾ ਅੱਛਾ ਹੋ ਜਾਤਾ, ਇਸ ਵਜ੍ਹਾ ਸੇ ਇਹ ਫਿਰ ਬਾਹਰ
उल्टे रुख पे धूप वाली साइड पे बने हुए। मौसम अभी तो खैर और है। ये एक बच्चा भी मौजूद है इधर। ये कितने अरसे दा जी? मस्तू दा बच्चा है जी, 2 मंथ दा है इरफान। सन ऑफ मस्तू 2 मंथ से ऊपर ही होगा। वाह जी वाह। थोड़ा सा लाइट का इशू था इस वजह से ज़रा दूसरे दोस्त भाई भी साथ है।